ਅਸੀਂ ਇਸ ਵਕਤ ਹਰੀਕੇ ਖੜੇ ਹਾਂ ਕਿ ਜਿੱਥੇ ਕਿ ਇੱਕ ਸੜਕ ਨੂੰ ਜਿਹੜਾ ਟੁੱਟਣ ਦਾ ਖਤਰਾ ਮੰਡਰਾ ਰਿਹਾ ਹੈ ਤੇ ਉਸ ਦੇ ਵਿੱਚ ਜਿਹੜਾ ਹੈ ਪਾਣੀ ਹੁਣ ਸੜਕ ਦੇ ਥੱਲੇ ਰਿਸਣਾ ਸ਼ੁਰੂ ਹੋ ਗਿਆ ਜਿਹਦੇ ਨਾਲ ਕਿ ਬੰਨ ਟੁੱਟਣ ਦਾ ਜਿਹੜਾ ਹੈ ਖਤਰਾ ਮੰਡਰਾ ਰਿਹਾ ਹੈ ਤੇ ਉਸ ਨੂੰ ਲੈ ਕੇ ਤੁਸੀਂ ਦੇਖੋ ਕਿ ਜੰਗੀ ਪੱਧਰ ਦੇ ਉੱਤੇ ਇੱਥੇ ਤਿਆਰੀ ਕੀਤੀ ਜਾ ਰਹੀ ਹੈ ਕਿ ਜਿਹੜਾ ਬੰਨ ਹੈ ਉਸ ਨੂੰ ਥੱਲਿਓ ਦੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਸ ਦੇ ਵਿੱਚ ਤੁਸੀਂ ਵੇਖੋ ਕਿ ਜਿਹੜਾ ਪਾੜ ਪੈ ਰਿਹਾ ਸੀ ਕਿਉਂਕਿ ਤੁਸੀਂ ਦੇਖੋ ਕਿ ਉੱਥੇ ਪਾਣੀ ਜਿਹੜਾ ਹੈ ਇਸ ਬੰਨ ਦੇ ਥੱਲਿਓ ਰਿਸਣਾ ਸ਼ੁਰੂ ਹੋ ਗਿਆ ਸੀ ਜਿਹਦੇ ਨਾਲ ਕਿ ਲੋਕਾਂ ਨੂੰ ਦਿੱਕਤ ਆਣੀ ਸ਼ੁਰੂ ਹੋ ਗਈ ਸੀ ਤੇ ਉਸ ਤੋਂ ਬਾਅਦ ਪਿੰਡ ਵਾਲਿਆਂ ਦੇ ਸਹਿਯੋਗ ਦੇ ਨਾਲ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇੱਥੇ ਜਿਹੜਾ ਹੈ ਕੰਮ ਕੀਤਾ ਜਾ ਰਿਹਾ ਹੈ ਤਾਂ ਇਸ ਨੂੰ ਜਿਹੜਾ ਹੈ ਬੰਨ ਪਾਉਣ ਦਾ ਕੰਮ ਇੱਥੇ ਕੀਤਾ ਜਾ ਰਿਹਾ ਕਿਉਂਕਿ ਬੰਨ ਨੂੰ ਖੋਰਾ ਲੱਗ ਚੁੱਕਾ ਸੀ ਖੋਰਾ ਲੱਗਣ ਦੇ ਨਾਲ ਜਿਹੜਾ ਹੈ ਪਾਣੀ ਸਿਮਣਾ ਸ਼ੁਰੂ ਹੋ ਗਿਆ ਸੀ ਔਰ ਪਾਣੀ ਦੇ ਨਾਲ ਨਾਲ ਮੁਸ਼ਕਲਾਂ ਜਿਹੜੀਆਂ ਪੈਦਾ ਹੋਈਆਂ ਸੀ ਉਸ ਨੂੰ ਲੈ ਕੇ ਇੱਥੇ ਕੰਮ ਕੀਤੇ ਜਾ ਰਹੇ ਸਾਡੇ ਨਾਲ ਇਲਾਕੇ ਦੇ ਲੋਕ ਮੌਜੂਦ ਨੇ ਸਰ ਕੀ ਹੋਇਆ ਜੀ ਇੱਥੇ ਵੇਖੋ ਜੀ ਇਹ ਜਿਹੜਾ ਬੰਨ ਆ ਇਹਦੇ ਵਿੱਚ ਪਾਣੀ ਜ਼ਿਆਦਾ ਆਉਣ ਕਰਕੇ ਕੁਛ ਰੁੱਡਾਂ ਰੰਨਾਂ ਆਉਣ ਕਰਕੇ ਕਈਆਂ ਥਾਵਾਂ ਤੋਂ ਸੀਪਜ ਹੋਈ ਆ ਜਿਹਦੇ ਲਈ ਇਲਾਕੇ ਦੇ ਲੋਕ ਅਤੇ ਸਰਕਾਰ ਦੋਵੇਂ ਪੱਬਾਂ ਭਾਰ ਆ ਕਿਸੇ ਗੱਲੋਂ ਕਿਸੇ ਵੱਲੋਂ ਕੋਈ ਢਿੱਲ ਨਹੀਂਗੀ ਸਰਕਾਰ ਆਪਣਾ ਕੰਮ ਕਰੀ ਜਾਂਦੀ ਆ ਪਰ ਲੋਕ ਜਿਹੜੇ ਸੇਵਾ ਦੇ ਭਾਵਨਾ ਨਾਲ ਆਪਣਾ ਕੰਮ ਕਰੀ ਜਾਂਦੇ ਆ ਅਤੇ ਬਹੁਤ ਮਤਲਬ ਲੋਕਾਂ ਨੇ ਹਿੰਮਤ ਕਰਕੇ ਜਦੋਂ ਜਹਿਦ ਕਰਕੇ ਸਾਰੀ ਰਾਤ ਲਾ ਕੇ ਇਹ ਬੰਨ ਜਿਹੜਾ ਬਚਾਇਆ ਦੋ ਦਿਨ ਹੋ ਗਿਆ ਅਤੇ ਮੈਨੂੰ ਉਮੀਦ ਆ ਵੀ ਅੱਜ ਪਾਣੀ ਘੱਟ ਜਾਣਾ ਅਤੇ ਲੋਕ ਸੁਰੱਖਿਅਤ ਰਹਿਣਗੇ ਤਾਂ ਬਿਲਕੁਲ ਤੁਸੀਂ ਵੇਖੋ ਕਿ ਇੱਥੇ ਜਿਹੜਾ ਹੈ ਉਹਨਾਂ ਨੇ ਕਿਹਾ ਕਿ ਲੋਕ ਜਿਹੜੇ ਨੇ ਆਪ ਮਹਾਰੇ ਤੁਸੀਂ ਦੇਖੋ ਕਿ ਲੋਕਾਂ ਨੂੰ ਖਤਰਾ ਸੀ ਕਿ ਬਹੁਤ ਸਾਰੀ ਜ਼ਮੀਨ ਹੈ ਇੱਥੇ ਜਿਹੜੀ ਕਿ ਇਹਦੇ ਚਪੇੜ 'ਚ ਆ ਸਕਦੀ ਸੀ ਉਸ ਨੂੰ ਲੈ ਕੇ ਤੁਸੀਂ ਦੇਖੋ ਕਿ ਇੱਥੇ ਜਿਹੜੇ ਨੇ ਉਹਨਾਂ ਵੱਲੋਂ ਇੱਥੇ ਸਮਾਨ ਪਾਇਆ ਜਾ ਰਿਹਾ ਹੈ ਤਾਂ ਜ਼ਮੀਨ ਨੂੰ ਬਚਾਉਣ ਦਾ ਕੰਮ ਕੀਤਾ ਜਾ ਰਿਹਾ ਤੁਸੀਂ ਦੇਖੋ ਕਿ ਸਾਰਾ ਬੰਨ ਇਹਨੂੰ ਖੋਰਾ ਲੱਗਾ ਕਿਉਂਕਿ ਪਾਣੀ ਦਾ ਵਹਾਅ ਤੁਸੀਂ ਦੇਖੋ ਕਿੰਨਾ ਜ਼ਿਆਦਾ ਹੈ ਹਰੀਕੇ ਦੇ ਬਿਲਕੁਲ ਨਾਲ ਖੜੇ ਹਾਂ ਹਰੀਕੇ ਜਿਹੜਾ ਇਸ ਵੇਲੇ ਸਭ ਤੋਂ ਜ਼ਿਆਦਾ ਬਣਿਆ ਹੈ ਕਿਉਂਕਿ ਇੱਥੇ ਬੀਤੇ ਇੱਕ ਦਿਨ ਪਹਿਲਾਂ 2 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਸੀ ਔਰ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਇਹਦੇ ਨਾਲ ਜਿਹੜੇ ਕਿਨਾਰੇ ਹੁੰਦੇ ਨੇ ਖਾਸ ਕਰਕੇ ਉਹਦਾ ਉਸ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਤਾਂ ਖੋਰਾ ਲੱਗਣ ਤੋਂ ਬਾਅਦ ਜਿਹੜਾ ਹੈ ਹੁਣ ਇੱਥੇ ਮਿੱਟੀ ਪਾ ਕੇ ਜਿਹੜਾ ਹੈ ਇੱਥੇ ਬੰਨ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਉੱਥੇ ਖਾਸ ਕਰਕੇ ਪ੍ਰਸ਼ਾਸਨ ਜਿਹੜਾ ਹੈ ਇੱਥੇ ਮਿਲ ਕੇ ਜਿਹੜਾ ਹੈ ਇਸ ਨੂੰ ਕਰਦਾ ਹੋਇਆ ਨਜ਼ਰ ਆ ਰਿਹਾ ਅਤੇ ਤਸਵੀਰ ਰਾਹੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਪੂਰੇ ਤਕਰੀਬਨ 1 ਕਿਲੋਮੀਟਰ ਦਾ ਏਰੀਆ ਪੈਂਦਾ ਹੈ ਜਿੱਥੇ ਕਿ ਸ਼ਿਕਾਇਤ ਆਈ ਸੀ ਕਿ ਇੱਥੇ ਪਾਣੀ ਰਿਸਣਾ ਸ਼ੁਰੂ ਹੋ ਗਿਆ ਹੈ ਤਾਂ ਉਸ ਤੋਂ ਬਾਅਦ ਇਹ ਪੂਰਾ ਇਲਾਕਾ ਕਾਫੀ ਵੱਡਾ ਇਲਾਕਾ ਪੈਂਦਾ ਹੈ ਤੁਸੀਂ ਦੇਖੋ ਕਿ ਇੱਥੋਂ ਦੀ ਤਰਨ ਤਾਰਨ ਦੀ ਸ਼ੁਰੂਆਤ ਹੁੰਦੀ ਹੈ ਤਾਂ ਤਰਨ ਤਾਰਨ ਦਾ ਇੱਥੇ ਏਰੀਆ ਪੈਂਦਾ ਹੈ ਤਾਂ ਉੱਥੇ ਜਿਹੜਾ ਹੈ ਰਿਸਣਾ ਸ਼ੁਰੂ ਹੋਇਆ ਸੀ ਤਾਂ ਉਸ ਤੋਂ ਬਾਅਦ ਜਿਹੜਾ ਹੁਣ ਇੱਥੇ ਤੁਸੀਂ ਵੇਖੋ ਪਿੰਡ ਦੇ ਲੋਕ ਆਪ ਮਹਾਰੇ ਜਿਹੜੇ ਨੇ ਇੱਥੇ ਕੰਮ ਕਰ ਰਹੇ ਨੇ ਪੁਲਿਸ ਦੇ ਅਧਿਕਾਰੀ ਵੀ ਕੰਮ ਕਰ ਰਹੇ ਨੇ ਪੁਲਿਸ ਦੇ ਜਵਾਨ ਵੀ ਅਸੀਂ ਵੇਖੇ ਆ ਕਿ ਤੁਸੀਂ ਵੇਖੋ ਕਿ ਤੁਹਾਨੂੰ ਤਸਵੀਰਾਂ ਹੀ ਸਾਂਝੀ ਕਰਦੇ ਹਾਂ ਕਿ ਆਪ ਖੜ ਕੇ ਜਿਹੜਾ ਹੈ ਇੱਥੇ ਕੰਮ ਕਰਵਾਉਂਦੇ ਨਜ਼ਰ ਆ ਰਹੇ ਨੇ ਤਾਂ ਇਹ ਤੁਸੀਂ ਦੇਖੋ ਕਿ ਇਸ ਵੇਲੇ ਸਾਰੀਆਂ ਟੀਮਾਂ ਅਲਰਟ ਨੇ ਔਰ ਸਾਰਾ ਕੰਮ ਜੰਗੀ ਪੱਧਰ ਦੇ ਉੱਤੇ ਚੱਲ ਰਿਹਾ ਹੈ ਤਾਂ ਇਹ ਤਸਵੀਰ ਹੈ ਇਸ ਵੇਲੇ ਅਸੀਂ ਤੁਹਾਨੂੰ ਜਿਹੜੀ ਦਿਖਾ ਰਹੇ ਹਾਂ ਉਹ ਬਿਲਕੁਲ ਹਰੀਕੇ ਪਤਨ ਜਿਹੜਾ ਕਿ ਇੱਥੇ ਬਿਆਸ ਦਰਿਆ ਦਾ ਪਾਣੀ ਬਹੁਤ ਵੱਡੇ ਪੱਧਰ 'ਤੇ ਆਇਆ ਤਾਂ ਉਸ ਤੋਂ ਬਾਅਦ ਦਿੱਕਤਾਂ ਪਈਆਂ ਤਾਂ ਕੁਛ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਸਰ ਕੀ ਦਿੱਕਤ ਆਈ ਜੀ ਇੱਥੇ ਜਿਹੜਾ ਮੇਨ ਜਿਹੜਾ ਇੱਥੇ ਤੁਸੀਂ ਬੰਨ ਸਿਮ ਰਿਹਾ ਜੀ ਥੱਲਿਓ ਅੱਛਾ ਜੀ ਤੇ ਕਿਵੇਂ ਪਤਾ ਲੱਗਾ ਤੁਹਾਨੂੰ ਇਦਾਂ ਇਹ ਜੀ ਲੋਕ ਇੱਥੇ ਫਿਰਦੇ ਸੀ ਮਹਿਕਮਾ ਵੀ ਫਿਰਦਾ ਉਹ ਜਦੋਂ ਅਗਲੇ ਪਾਸੇ ਰੋਡਾਂ ਪੈ ਰਹੀਆਂ ਪਾਣੀ ਗਾੜੀ ਲੀਕ ਹੁੰਦਾ ਉੱਥੋਂ ਪਤਾ ਲੱਗਾ ਉਹਨਾਂ ਨੂੰ ਕਿੰਨਾ ਖਤਰਾ ਸੀ ਜੀ ਇਹ ਰੋਡ ਜ਼ਿਆਦਾ ਜੀ ਜੇਕਰ ਨਾਲ ਸੰਗਤ ਤੇ ਮਹਿਕਮੇ ਨਾ ਪੈਂਦੇ ਤੇ ਬਹੁਤ ਜ਼ਿਆਦਾ ਖਤਰਾ ਸੀ ਜੀ ਬੰਨ ਟੁੱਟ ਗਿਆ ਤੁਸੀਂ ਵੇਖੋ ਕਿ ਬੰਨ ਟੁੱਟਣ ਦਾ ਇੱਥੇ ਖਤਰਾ ਸੀ ਤਾਂ SSP ਤਰਨ ਤਾਰਨ ਜਿਹੜੇ ਇੱਥੇ ਮੌਜੂਦ ਨੇ SSP ਸਾਹਿਬ ਆਪ ਮੁਹਾਰੇ ਵੀ ਲੋਕ ਆ ਰਹੇ ਨੇ ਕੀ ਕਹਿਣਾ ਚਾਹੋਗੇ ਜਿਹੜਾ ਇੱਥੇ ਕੰਮ ਚੱਲ ਰਿਹਾ ਜੀ ਜਿਹੜਾ ਲੋਕ ਇੱਥੇ ਮਿਲ ਕੇ ਇਕੱਠੇ ਪ੍ਰਯਾਸ ਕੀਤੇ ਕੀ ਹੋਇਆ ਕੀ ਇੱਥੇ ਇਹ ਜਿਹੜਾ ਤੁਸੀਂ ਬੰਦ ਹੈ ਜੀ ਇਹਦੇ ਵਿੱਚ ਪ੍ਰੈਸ਼ਰ ਪਾਣੀ ਦਾ ਬਹੁਤ ਜ਼ਿਆਦਾ ਹੈ ਅਤੇ ਉਹਦੇ ਕਰਕੇ ਕਈ ਜਗ੍ਹਾ ਦੇ ਉੱਤੋਂ ਪਾਣੀ ਰਿਸਣਾ ਸ਼ੁਰੂ ਹੋਇਆ ਸੀਗਾ ਤੋ ਜਿਹੜੀ ਇੱਥੇ ਜਿਹੜੇ ਪਿੰਡ ਦੇ ਵਿੱਚੋਂ ਵਲੰਟੀਅਰਾਂ ਦੀ ਡਿਊਟੀ ਲੱਗੀ ਹੈ ਰਾਤ ਦੇ ਠਿਕਰੀ ਪਹਿਰੇ ਲੱਗੇ ਹੋਏ ਨੇ ਉਹਨਾਂ ਨੇ ਦੇਖਿਆ ਇੱਥੋਂ ਸਿਮ ਰਿਹਾ ਤਾਂ ਇਹਨਾਂ ਨੇ ਇਮੀਡੀਏਟਲੀ ਦੱਸਿਆ ਤਾਂ ਇਹ ਸਾਰੇ ਨੇ ਇਕੱਠੇ ਹੋ ਕੇ ਜਾ ਕੇ ਉਪਰਾਲਾ ਕੀਤਾ ਅਤੇ ਥੱਲੇ ਤੋਂ ਬੰਦ ਕਰਨਾ ਡਰੇਨੇਜ ਮਹਿਕਮੇ ਦੇ SC XEN ਸਾਰੇ ਇੱਥੇ ਲੱਗੇ ਹੋਏ ਨੇ ਨਾਲ ਉਹ ਦੱਸ ਰਹੇ ਨੇ ਗਾਈਡ ਕਰ ਰਹੇ ਨੇ ਪਬਲਿਕ ਦੇ ਸਹਿਯੋਗ ਨਾਲ ਇਹ ਬੋਰੀਆਂ ਟਿੱਪਰਾਂ ਦੇ ਨਾਲ ਸੈਂਡ ਮਿੱਟੀ ਭਰ ਕੇ ਇਹਨੂੰ ਕੋਸ਼ਿਸ਼ ਹੈ ਵੀ ਇਹ ਵਿਚਾਰ ਰੱਖਿਆ ਜਾਵੇ ਪਰ ਉਹਦੇ ਬਾਵਜੂਦ ਵੀ ਪ੍ਰੈਸ਼ਰ ਹਾਲੇ ਡੇਂਜਰ ਖਤਰਾ ਹਾਲੇ ਬਣਿਆ ਹੋਇਆ ਇੱਥੇ ਪਾਣੀ ਸਰ ਸਾਹਮਣੇ ਇੱਥੇ ਪਾਣੀ ਸਿਮ ਰਿਹਾ ਸੀ ਜੀ ਦੂਸਰੇ ਪਾਸੇ ਦੀ ਜਾ ਕੇ ਕਾਊਂਟਰ ਕਰ ਰਹੇ ਆ ਉਹਨੂੰ ਉਧਰੋਂ ਵੀ ਹਾਲੇ ਵੀ ਵਿੱਚੋਂ ਸਿਮ ਰਿਹਾ ਥੋੜ੍ਹਾ ਇੱਥੋਂ ਦੀ ਰੋਕਿਆ ਗਿਆ ਫਿਲਹਾਲ ਇਹਨੂੰ ਟਿੱਪਰ ਇੱਧਰੋਂ ਵੀ ਰੋਕਿਆ ਜੀ ਅੱਗੇ ਮੇਨ ਤਾਂ ਅੱਗੋਂ ਰੋਕਿਆ ਅਤੇ ਸਰ ਦੇਖਿਆ ਕਿ ਪੁਲਿਸ ਦੇ ਮੁਲਾਜ਼ਮ ਵੀ ਜਿਹੜੇ ਨੇ ਕੰਮ ਕਰ ਰਹੇ ਨੇ ਬਹੁਤ ਜ਼ਿਆਦਾ ਸਾਰੇ ਰਲ ਕੇ ਵੀ ਹੈ ਜੀ ਸਭ ਦਾ ਯੋਗਦਾਨ ਹੈ ਇਹਦੇ 'ਚ ਚਾਹੀਦਾ ਕਿਉਂ ਨਹੀਂ ਹਰ ਇੱਕ ਬੰਦੇ ਨੂੰ ਜਿਹੜਾ ਏਬਲ ਬੋਡੀਡ ਹੈ ਉਹਨੂੰ ਆਉਣਾ ਚਾਹੀਦਾ ਕਰਨਾ ਚਾਹੀਦਾ ਤਾਂ ਬਿਲਕੁਲ ਤੁਸੀਂ ਦੇਖੋ ਕਿ ਹੜ੍ਹਾਂ ਦੀ ਸਥਿਤੀ ਹੈ ਤਾਂ ਸਾਡੇ ਨਾਲ ਮੈਡਮ ਮੌਜੂਦ ਨੇ ਮੈਮ ਕੀ ਕਹਿਣਾ ਚਾਹੋਗੇ ਕੀ ਇੱਥੇ ਅਰੇਂਜਮੈਂਟ ਕੀਤੇ ਜਾ ਰਹੇ ਨੇ ਇੱਕ ਤਾਂ ਮੈਂ ਸਭ ਨੂੰ ਐਪਰੀਸ਼ੀਏਟ ਕਰਨਾ ਚਾਹੂੰਗੀ ਸਾਡੀ ਪਬਲਿਕ ਇਲਾਕੇ ਦੀ ਸਾਡੇ ਪੁਲਿਸ ਮੁਲਾਜ਼ਮ ਸਾਡੇ ਸਿਵਲ ਦੇ ਮੁਲਾਜ਼ਮ ਜਦੋਂ ਤੋਂ ਇਹ ਆਪਣੇ 'ਤੇ ਪ੍ਰੋਬਲਮ ਆਈ ਹੈ
मतलब सारे ही टायरलैसली फील्ड दे विच मैनू नज़र आ रहे ने ते ए रल मिल के हुण एक प्राकृतिक आपदा है रल मिल के इहदा सामना कीता जाना है जिहड़ा कि आपां कर रहे हाँ। आपां कोई भी हजे तक परमात्मा की कृपा नाल कोई भी असीं इत्थे मेजर साढ़े दिक्कत नहीं आई। इत्थे रिसाव शुरू होया सी नाल दी नाल साढ़े पिंड वाले साढ़े पुलिस वाले वो इन्ने अलर्ट सीगे समा रेंदे इहदे बारे सानू पता लग गया जिहड़ी कि एक ब्रीच हो सकती सीगी हजे भी खतरा नहीं टलिया पर जिवें कि तुसीं देख रहे हो कि वर्दी वाले पुलिस मुलाजम भी इत्थे लगे हुए ने काम कर रहे ने साढ़े पिंडां दे नौजवान साढ़े यूथ क्लब्स के मुंडे साढ़े होर वॉलंटीयर्स नरेगा लेबर जिसनों आवाज़ मारते हैं वो इत्थे मदद करन पहुँचदा है। सो ये लड़ाई आप रल मिल के जितनी है नेचर ने हाँ जी बिल्कुल तो तुसी देखो कि इत्थे रल मिल के लड़ाई जितनी है तो उस दे विच जित दी तस्वीर पंजाबी दी तस्वीर तुहानू सांझी कर रहे हैं कि किस तरीके दे नाल पंजाबी जिहड़ी मेहनत कश कौम है तो उस मेहनत कश कौम की तुहानू तस्वीर दिखा रहे हैं कि तुसी वेखो कि फटाफट इहदे विच रेता भरिया जा रहा है रेता भर के जरा है इसनों बन पाया जा रहा मिट्टी भी पाई जा रही है मिट्टी पा के किसी तरीके पानी के प्रैशर नू रोकिया जा रहा है कि पानी का प्रैशर इधरले पासे ना आए। तां दसना चाहवांगे कि अगर ये बन टुटदा है तो ये नाल तरन तारण के बहुत सारे इलाकों का नुकसान होंदा है क्योंकि पानी इस हौली हौली सिमना शुरू हो गया है पानी सिमन के नाल जरा है बन के टुटन का खतरा बढ़ जाता है। तो तुसी देखो कि आप महारे लोग जिहड़े ने इस वेले काम करते हुए नज़र आ रहे हैं तो यह तस्वीर तुहानू दिखा रहे हैं कि बन टुटन का खतरा मंडरा रहा है तो लगातार पानी का बहाव भी दूसरे पासे बहुत तेज़ है तो लंबे समय के बाद तुसी देखो कि किस तरीके दे नाल तुहानू एक चीज़ दिखाने जिस तरह इस पासे है दूसरा पानी रिस के दूसरे पासे आ गया जिस तो बाद कि इत्थे एक बन लाया गया है ये तुहानू बन की तस्वीर तुहानू दिखा रहे हैं। इस जगह के उत्ते पानी रिसना शुरू होया सी इस जगह के उत्ते सब तो पहला मिट्टी पा के बन पाया गया है ताकि पानी जरा है होर ना अगे वध सके क्योंकि पानी वधना बहुत ज़्यादा नुकसान होना सी इत्थे सड़क की क्रॉसिंग के उत्ते जरा है उसनू रोकने की कोशिश की जा रही है। तो तुहानू लाइव रेस्क्यू ऑपरेशन दिखा रहे हैं तो रेस्क्यू ऑपरेशन जरा है वह किया जा रहा है कि किसी तरीके बचाव किया जाए तो बचाव इस करके किया जाए कि जड़ा है कि जेडे सड़क के उत्ते जेडे बन पे ने उन्होंने रोकया जाए। तो फिलहाल तुम वेख सकते हो अमृतसर तरन तारण के इस वेले असं मौजूद हाँ तो तरन तारण के किस तरह का माहौल है तरन तारण के जिस तरह बन जरा सी वो बिल्कुल रिसदा सी और उस जंगी पद्धर के उत्ते इत्थे किया जा रहा है तो उसकी तस्वीर तुहानू लगातार सांझी कर रहे हैं। इस वेले लगातार तुहानू दिखा रहे हैं कि ट्रालिया की ट्रालिया भर के मिट्टी दियां लियांदियां जा रही हैं मिट्टी ट्रालिया पाइया जा रही हैं ताकि किसी तरीके नाल इस बन नू पाया जा सके। दूजे पासे तुसी देखो कि पुलिस मुलाजम तुसी असीं तुहानू दिखाने कि अक्सर थाने जुंदे लेकिन अज पुलिस मुलाजम भी देखो तुसी देखो कि अपने बूट उतार के किस मुसद किस सेवा कर रहे ने। भाजी अज खुद आप लगे उत्थे जी सवेर दे पर भरदे हैं थोड़े इस वक्त हूँ थोड़ी जी धुप्प ते करोटी आ गई उदा करके थोड़ा जिहा फिर आप लगे सवेर दे जी पैर वेख रहे सारे लिबड़े पे अज नहीं जी कोई नहीं लिबड़ने इह आ वी काम रुक जाए सही थोड़ा जिहा लोकां दा बचाव हो जाए ते अज आप काम करन दे जी हाँ जी ते पता सी इस बारे सारा जी नहीं सवेरे आने तो फिर पता लग गया ना रात भी सारे गस्त रही तकरीबन भी कितने कोई हो ना जाए लीकिंग गड्डिया लगिया रही साहब भद्राप एस एच पी साहब नाल होर अफसर भी इन्हों के एस डी ओ दूजे इरीगेशन विभाग के होर वाह अफसर नाल रहे तो वह करके फिर सवेरे ज़्यादा लेबर घट से कुछ सेवादार भी आए वो घट से सवेरे फिर सानू नाल आप लगना पाया भी तोड़े भर के आ नोचा इतों पानी लीक होना शुरू हो गया है वह करके फिर तुम देखो कि पुलिस मुलाजम की यह तंगी तस्वीर तुम दहानी कर रहे हैं तो सरदार मंगल सिंह एस आई ने तो उन्होंने वालों तुम वेखो कि खुद जरा है इस बन में पाने की कोशिश की जा रही क्योंकि उन्होंने कहा कि उन्होंने एक्सपीरियंस ही तो इस तरीके बन बछाया जा रहा तुम दिखागा कि यह जरा एरिया है उत्थे जी मिट्टी पा के रेता पा के किसी तरीके रोकया जा रहा है क्योंकि पानी की स्पीड बहुत ज़्यादा है। तुम देखो कि पानी का बहाव बहुत ज़्यादा है और पानी जरा है इधरले पासे आना शुरू कर गया है जिद नाल कि सड़क टुटन का खतरा सी तो फिलहाल उस खतरे नू रोकन दे करके आप मुहारे जिहड़े है संगत आ रही है तो उस दे विच उन्होंने कहा कि साडा मकसद जिहड़ा है इस जिहड़ी प्राकृतिक आपदा है इस नू रोकना है किसी तरीके नाल इहना नुकसान घट होवे क्योंकि अगर ये बन टुट जाता है तो इहदे नाल बहुत सारे पिंड जिहड़े इसकी चपेट च आ जाएंगे बहुत सारे लोगों के घर इसकी चपेट च आ जाएंगे तो इस तरह
आप मुहारे लोग प्रशासन के सहयोग के नाल ते पुलिस के सहयोग के नाल खुद ही काम करते हुए नज़र आ रहे। फिलहाल बन नू टुटन तो बचाया जाने की कोशिश की जा रही है, तो उन्होंने कहना तकरीबन एक दिन का समा लगेगा, लेकिन अगर पानी होर आता है तो मुश्किलां वध सकदियां ने। कैमरामैन रवनीत दे नाल सुमित खन्ना, ग्रेट पंजाब टीवी, तरन तारण।